पैंट जिहड़ियां पहलां तीआं लगदियां सी ते जिहड़ियां अज आ इन्हां च की फर्क लग्गिआ? ਫਰਕ ਤਾਂ ਬਹੁਤ ਹੈ। ਜਿਹੜਾ ਪਹਿਲਾਂ ਸਵਾਦ ਸੀ ਓਨਾ ਨਹੀਂ ਹੈਗਾ, ਪਰ ਹੈਗਾ ਹੈ। ਪਰ ਜਿਹੜਾ ਪਹਿਲਾਂ ਸਵਾਦ ਸੀਗਾ ਉਹ ਵੱਖਰਾ ਹੀ ਸੀ ਨਜ਼ਾਰਾ। ਨਹੀਂ, ਫਰਕ ਕੀ ਹੈ, ਸਵਾਦ ਕਿਉਂ ਨਹੀਂ ਆਇਆ? ਕਿਉਂਕਿ ਹੁਣ ਦੀ ਜਨਰੇਸ਼ਨ ਦਾ ਵੱਖਰਾ ਆ। ਜਿਹੜੀ ਪਹਿਲਾਂ ਜਨਰੇਸ਼ਨ ਸੀ ਉਹਦਾ ਆਪਣਾ ਸੀਗਾ, ਆਪਣੀਆਂ ਹਿਸਾਬ ਨਾਲ ਬੋਲੀਆਂ ਪਾਉਣੀਆਂ, ਆਪਣੇ ਹਿਸਾਬ ਨਾਲ ਨੱਚਣਾ। ਹੁਣ ਵਾਲੀ ਜਨਰੇਸ਼ਨ ਦਾ ਆਪਣਾ ਹਿਸਾਬ ਨਾਲ ਕਰਦੀ ਆ। ਜਿੱਦਾਂ ਅੱਜ ਕੱਲ੍ਹ ਦਾ ਨਵੇਂ ਜ਼ਮਾਨੇ ਦਾ ਜ਼ਿਆਦਾ ਡੀਜਿਆਂ 'ਤੇ ਨੱਚਣਾ ਪਸੰਦ ਕਰਦੇ ਆ, ਜਾਂ ਉੱਦਾਂ ਲਾ ਕੇ ਗੀਤ। ਅਤੇ ਪਹਿਲਾਂ ਵਾਲੇ ਜਿਹੜੇ ਹੁੰਦੇ ਸੀਗੇ ਕਿ ਬੋਲੀਆਂ ਪਾ ਕੇ ਉਹਨਾਂ ਦਾ ਜ਼ਿਆਦਾ ਆਪਣਾ ਹੁੰਦਾ ਸੀ ਵੀ ਅਸੀਂ ਇੱਦਾਂ ਮਨੋਰੰਜਨ ਕਰੀਏ। ਇਹ ਫਰਕ ਪਰ ਇਹ ਸਾਉਣ ਦੇ ਮਹੀਨੇ 'ਚ ਕਿਉਂ ਮਨਾਈਆਂ ਗਈਆਂ? ਸਾਉਣ ਦੇ ਮਹੀਨੇ 'ਚ ਇੱਦਾਂ ਹੁੰਦਾ ਸੀ ਕਿ ਕੁੜੀਆਂ ਬਹਾਨੇ ਦੇ ਨਾਲ ਆਪਣੇ ਪੇਕਿਆਂ ਦੇ ਘਰ ਆ ਜਾਂਦੀਆਂ ਸੀਗੀਆਂ ਸਾਰੀਆਂ, ਵੀ ਅਸੀਂ ਅੱਜ ਸਾਉਣ 'ਚ ਚੱਲੀਆਂ। ਉੱਦਾਂ ਹੁੰਦਾ ਕਿ ਕੁੜੀਆਂ ਸਹੁਰੇ ਕੋਈ ਦੋ ਦਿਨ ਆਉਂਦੀ, ਕੋਈ ਚਾਰ ਦਿਨ। ਸਾਉਣ ਦੇ ਬਹਾਨੇ ਨਾਲ ਸਾਰੀਆਂ ਕੁੜੀਆਂ ਆਉਂਦੀਆਂ, ਫਿਰ ਤੀਆਂ ਮਨਾਉਂਦੀਆਂ, ਫਿਰ ਇਕੱਠੀਆਂ ਹੋ ਕੇ ਸਾਰੀਆਂ ਚਲੋ ਨਾਲੇ ਮਿਲਦੀਆਂ, ਨਾਲੇ ਆਪਣੇ ਸਾਰੀਆਂ ਇੱਕ ਦੂਜੇ ਨੂੰ ਉਹ ਕਰਦੀਆਂ, ਮਨੋਰੰਜਨ ਹੋ ਜਾਂਦਾ ਉਹਨਾਂ ਦਾ। ਅਤੇ ਜਿਹੜਾ ਜਿਹੜਾ ਅੱਜ ਇਹ ਪਿੰਡ ਦੇ ਮੁੰਡਿਆਂ ਨੇ ਜਿਹੜੇ ਨੌਜਵਾਨਾਂ ਨੇ ਕਰਿਆ ਉਪਰਾਲਾ, ਕਿਵੇਂ ਦਾ ਲੱਗਿਆ? ਬਹੁਤ ਵਧੀਆ ਆ, ਬਹੁਤ ਵਧੀਆ। ਸਾਰੇ ਸਾਰੀਆਂ ਜਿਹੜੀਆਂ ਇੱਕ ਦੂਜੇ ਦੀਆਂ ਫਰੈਂਡ ਹੈ, ਭੈਣ ਭੈਣਾਂ ਨੇ, ਕੋਈ ਵੱਡੀਆਂ ਭੂਆ ਚਾਚੀਆਂ ਤਾਈਆਂ ਸਾਰੀਆਂ ਇੱਕ ਦੂਜੇ ਨੂੰ ਮਿਲੀਆਂ। ਬਹੁਤ ਵਧੀਆ ਆ, ਬਹੁਤ ਵਧੀਆ ਉਪਰਾਲਾ ਕਰਿਆ। ਹਾਂ, ਖੁਸ਼ ਹੋ? ਪੂਰੇ ਖੁਸ਼ ਹਾਂ, ਸਾਰਿਆਂ ਨੂੰ ਵਧੀਆ। ਚਲੋ ਖਾਣ ਪੀਣ ਦਾ ਵੀ ਬੱਚਿਆਂ ਨੂੰ ਹੋ ਗਿਆ, ਅਤੇ ਸਾਰਿਆਂ ਦਾ ਮਨੋਰੰਜਨ ਵੀ ਹੋ ਗਿਆ, ਅਤੇ ਸਾਰੇ ਇੱਕ ਦੂਜੇ ਨੂੰ ਮਿਲੇ, ਬਹੁਤ ਵਧੀਆ ਲੱਗਿਆ। ਅੱਛਾ, ਜਿਹੜੀ ਨਵੀਂ ਜਵਾਨੀ ਆ, ਨਵੀਂ ਪਨੀਰੀ ਆ, ਇਹ ਜਿਵੇਂ ਬੋਲੀਆਂ ਭੁੱਲਦੀ ਜਾ ਰਹੀ ਆ, ਇਹ ਇੱਕ ਡੀਜੇ ਇਹਨਾਂ ਵਾਸਤੇ ਨਾ ਇੱਕ ਸਮਝ ਲਓ ਵੀ ਅਮਲ ਹੋ ਗਿਆ, ਹੈ ਨਾ? ਅਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਆਪਣਾ ਜਿਹੜਾ ਸੱਭਿਆਚਾਰ ਹੈ ਇਹਨੂੰ ਸੰਭਾਲਿਆ ਜਾਏ, ਆਪਣਾ ਜਿਹੜਾ ਪਿਛਲਾ ਕਲਚਰ ਹੈ ਉਹਨੂੰ ਸੰਭਾਲ ਕੇ, ਅਤੇ ਜਿਹੜਾ ਅਸੀਂ ਪਿੱਛੇ ਆ ਭੁੱਲੀਏ ਨਾ, ਆਪਣਾ ਉਹਨੂੰ ਯਾਦ ਰੱਖੀਏ। ਹੁਣ ਆਪਣੇ ਜਿੱਦਾਂ ਬਜ਼ੁਰਗਾਂ ਤੋਂ ਪੁੱਛਣ ਵੀ ਸਾਡਾ ਪਿੱਛੇ ਕਿੱਦਾਂ ਹੁੰਦਾ ਸੀ, ਉਹ ਕਰਨ। ਅਤੇ ਇਹ ਡੀਜੇ ਵਾਲਾ ਜਿਹੜਾ ਇਹ ਤਾਂ ਹੁਣ ਨਵੇਂ ਕਲਚਰ ਦਾ ਆ, ਅਤੇ ਇਹ ਪੁਰਾਣੇ ਦਾ ਤਾਂ ਭੁੱਲ ਗਏ, ਤਾਂ ਫਿਰ ਸਾਡਾ ਖਤਮ ਹੋ ਜਾਏਗਾ ਸਾਰਾ ਕੁਛ, ਅਤੇ ਬੱਚੇ ਭੁੱਲ ਜਾਣਗੇ ਵੀ ਪਿੱਛੇ ਕੀ ਹੁੰਦਾ ਸੀ, ਕਿੱਦਾਂ ਹੁੰਦਾ ਸੀ, ਹੈ ਨਾ? ਅਤੇ ਉਹ ਫਿਰ ਹੁਣ ਜਿੱਦਾਂ ਇਹ ਤੁਸੀਂ ਉਪਰਾਲਾ ਕਰਿਆ ਸਾਰੇ ਪਿੰਡ ਦੇ ਮੁੰਡਿਆਂ ਨੇ, ਇਹਦੇ ਵਿੱਚ ਜਿੱਦਾਂ ਇਹਨਾਂ ਨੂੰ ਪਤਾ ਲੱਗੇਗਾ ਵੀ ਕਿੱਦਾਂ ਸਾਡੀਆਂ ਤੀਆਂ ਲੱਗਦੀਆਂ ਹੁੰਦੀਆਂ ਸੀ, ਕੀ ਹੁੰਦਾ ਸੀ, ਇੱਦਾਂ ਸਾਰਾ ਕੁਛ ਫਿਰ ਵਧੀਆ ਲੱਗਿਆ। ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਪਹਿਲਾਂ ਤੀਆਂ ਲੱਗਦੀਆਂ ਸੀ ਅਤੇ ਅੱਜ ਦੀਆਂ ਤੀਆਂ 'ਚ ਕੀ ਫਰਕ ਲੱਗਿਆ? ਜੀ, ਜੇ ਮੈਂ ਸਹੀ ਦੱਸਾਂ ਤਾਂ ਮੈਂ ਬਚਪਨ 'ਚ ਦੇਖੀਆਂ ਅਤੇ ਬਹੁਤ ਧੁੰਦਲੀਆਂ ਯਾਦਾਂ ਮੈਨੂੰ ਮੇਰੇ ਸਾਉਣ ਦੇ ਮਹੀਨੇ ਦੀਆਂ। ਅਤੇ ਅੱਜ ਜਦੋਂ ਮੈਂ ਸੁਣਿਆ ਕਿ ਐਵੇਂ ਦਾ ਪ੍ਰੋਗਰਾਮ ਕਰਵਾ ਰਿਹਾ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ, ਅਤੇ ਬਹੁਤ ਸਾਰੀਆਂ ਮੇਰੇ ਫਰੈਂਡਸ ਹੈ ਜਿਨ੍ਹਾਂ ਨੂੰ ਅੱਜ ਮੈਨੂੰ ਇੱਥੇ ਮਿਲਣ ਦਾ ਮੌਕਾ ਮਿਲਿਆ, ਅਤੇ ਮੈਂ ਕਹਿੰਦੀ ਹਾਂ ਕਿ ਬਹੁਤ ਧੰਨਵਾਦੀ ਹਾਂ ਅਸੀਂ ਜਿਨ੍ਹਾਂ ਦੇ ਇਹ ਪਲੈਟਫਾਰਮ ਬਣਾਇਆ, ਅਤੇ ਐਵੇਂ ਦੇ ਕਲਚਰਲ ਪ੍ਰੋਗਰਾਮ ਕਰਾਉਣੇ ਚਾਹੀਦੇ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗਦਾ ਨਵੀਆਂ ਕੁੜੀਆਂ। ਇਹ ਦੇਖ ਲਓ ਡੀਜੇ ਤੇ ਨੱਚ ਰਹੀਆਂ, ਇਹਨਾਂ ਨੂੰ ਬੋਲਣੀਆਂ ਨਹੀਂ ਆਉਂਦੀਆਂ, ਇਹਨਾਂ ਦਾ ਕੀ ਕਾਰਨ? ਇਹਨਾਂ ਦਾ ਕਾਰਨ ਹੈ ਕਿ ਇਹਨਾਂ ਤੇ ਜਿਹੜਾ ਵੈਸਟਰਨ ਕਲਚਰ ਹੈ ਉਹ ਹਾਵੀ ਹੋ ਰਿਹਾ, ਤੇ ਬੱਚੇ ਬਾਹਰ ਨੂੰ ਜਾ ਰਹੇ ਆ ਤਾਂ ਉਹੀ ਕਲਚਰ ਅਪਣਾ ਰਹੇ ਆ, ਤਾਂ ਉਹ ਆਪਣੀ ਨਾ ਹੀ ਵੱਡਿਆਂ ਦੀ ਜਨਰੇਸ਼ਨ ਕੋਲੇ ਬੈਠਣਾ ਵੀ ਪਸੰਦ ਨਹੀਂ ਕਰਦੇ, ਜੇ ਉਹ ਬੈਠਣਗੇ ਤਾਂ ਸ਼ਾਇਦ ਸਿੱਖ ਲੈਣਗੇ। ਮੇਨ ਪੁਆਇੰਟ ਇਹ ਆ ਵੀ ਜਿਹੜਾ ਵੱਡਿਆਂ ਦੀ ਸੰਗਤ ਨਹੀਂ ਕਰਦੇ। ਹਾਂਜੀ, ਉਹਨਾਂ ਕੋਲ ਬਹਿਣਾ ਪਸੰਦ ਹੀ ਨਹੀਂ ਕਰਦੇ, ਨਾ ਹੀ ਉਹਨਾਂ ਕੋਲ ਸ਼ਾਇਦ ਟਾਈਮ ਵੀ ਨਹੀਂ ਹੈਗਾ, ਉਹ ਖੜਨਾ ਨਹੀਂ ਚਾਹੁੰਦੇ। ਸੱਭਿਆਚਾਰ ਨੇ ਉਹ ਬੰਦ ਹੋ ਗਏ ਨੇ, ਜੇ ਸੱਭਿਆਚਾਰ ਪਹਿਲਾਂ ਪ੍ਰੋਗਰਾਮ ਚੱਲਦੇ ਰਹਿਣ, ਬੱਚੇ ਪਾਰਟੀਸਪੇਟ ਕਰਨਗੇ, ਉਹਨਾਂ ਨੂੰ ਵੀ ਕੁਛ ਸਮਝ ਆਏਗੀ ਅਸੀਂ ਕੁਛ ਕਰਨਾ, ਇਹੀ ਹੈ ਫਰਕ। ਪਰ ਜਿਹੜਾ ਜਿਹੜਾ ਸਾਡਾ ਪਿਛੋਕੜ ਸੱਭਿਆਚਾਰ ਪਹਿਰਾਵਾ ਸੀਗਾ, ਕੈਂਠਾ ਵਗੈਰਾ, ਹਨਾ, ਉਹ ਵੀ ਲੋਪ ਹੋ ਗਿਆ, ਉਹਨਾਂ ਦਾ ਕੀ ਕਾਰਨ? ਇਹਨਾਂ ਸਭ ਦਾ ਕਾਰਨ ਮੈਨੂੰ ਤੇ ਵੈਸਟਰਨ ਕਲਚਰ ਦਾ ਬਹੁਤ ਜ਼ਿਆਦਾ ਆਪਣੇ ਤੇ ਪ੍ਰਭਾਵ ਹੈ ਜਿਹੜਾ ਉਹੀ ਹੈ, ਤੇ ਬਾਕੀ ਸ਼ਾਇਦ ਆਪਣੇ ਕਲਚਰ ਨੂੰ ਲੋਕ ਇਹ ਸਮਝਦੇ ਆ ਕਿ ਇਹ ਬੈਕਵਰਡ ਹੈ, ਪਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਆਪਣੇ ਆਊਟਫਿਟ ਹੈ ਆਪਾਂ ਨੂੰ ਸ਼ਾਇਦ ਹੋਰ ਸੋਹਣਾ ਬਣਾ ਰਹੇ ਆ। ਅੱਜ ਜੇ ਮੈਂ ਇਹੀ ਕੋਈ ਵੈਸਟਰਨ ਡਰੈਸ ਪਾਈ ਹੁੰਦੀ ਸ਼ਾਇਦ ਮੈਂ ਇੰਨੀ ਕੌਨਫੀਡੈਂਟ ਨਾ ਹੁੰਦੀ, ਤੇ ਇਹ ਮੈਨੂੰ ਬਹੁਤ ਵਧੀਆ ਲੱਗਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਆਪਾਂ ਸੁਣਿਆ, ਇਹ ਸਾਡੀਆਂ ਮਾਤਾਵਾਂ ਤੋਂ ਵੀ ਸੁਣਿਆ, ਸਾਡੀਆਂ ਭੈਣਾਂ ਤੋਂ ਵੀ ਸੁਣਿਆ ਵੀ ਜਿਹੜਾ ਇਹ ਸਾਡਾ ਸੱਭਿਆਚਾਰ ਹੈ ਹੌਲੀ ਹੌਲੀ ਇਹ ਅਲੋਪ ਹੋ ਰਿਹਾ, ਇਹ ਘਟਦਾ ਜਾ ਰਿਹਾ, ਇਹਦਾ ਕਾਰਨ ਆ ਸੱਭਿਅਤ ਜਿਹੜਾ, ਜਿੱਦਾਂ ਕਿ ਫੋਰਨ ਕੰਟਰੀ ਦੇ ਵਿੱਚੋਂ ਆਪਣੇ ਜਿਹੜੇ ਬੱਚੇ ਆ ਜਾ ਰਹੇ ਆ, ਉਹ ਹੌਲੀ ਹੌਲੀ ਜਿਹੜਾ ਆਪਣਾ ਪੁਰਾਣਾ ਪਿਛੋਕੜ ਸੱਭਿਆਚਾਰ ਆ ਜਿਹੜਾ ਆਪਣੇ ਭਾਰਤ ਦਾ ਪਿਛੋਕੜ ਆ ਇਹਨੂੰ ਭੁੱਲਦੇ ਜਾ ਰਹੇ ਆ। ਆਪਾਂ ਬਜ਼ੁਰਗਾਂ ਨਾਲ ਵੀ ਗੱਲ ਕੀਤੀ, ਉਹਨਾਂ ਦੇ ਵਿਚਾਰ ਵੀ ਲਏ, ਔਰ ਜਿਹੜੇ ਨਵੀਂ ਪੀੜ੍ਹੀ ਆ ਆਪਾਂ ਉਹਨਾਂ ਦੇ ਵੀ ਵਿਚਾਰ ਲਏ। ਇਹ ਇਹਦਾ ਕਾਰਨ ਆ ਵੀ ਇੱਕ ਮੈਸੇਜ ਆ, ਇੱਕ ਸੁਨੇਹਾ ਹੈ ਵੀ ਜਿਹੜੀਆਂ ਭੈਣਾਂ ਇਹਨਾਂ ਨੂੰ ਜ਼ਰੂਰ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਆ। ਧੰਨਵਾਦ।